ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਬਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤ ਤੇ ਬਈ ਇਹ ਬਹੁਤ ਵੱਡੀ ਖਬਰ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਚੁੱਕੇ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਰੌਲਾ ਪਿਆ ਸੀ ਮਾਰਕੀਟ ਤੇ ਵਿੱਚ ਔਰ ਬੜੇ ਇੱਕ ਅਜੀਬੋ ਗਰੀਬ ਕਿਸਮ ਦੀ ਬਹਿਸ ਜਿਹੜੀ ਹੈ ਉਹ ਛਿੜ ਚੁੱਕੀ ਸੀ ਮਾਰਕੀਟ ਦੇ ਵਿੱਚ ਕਿ ਰੰਗੇਲਿਆਂ ਨੂੰ ਕੋਹਿੰਨੇ ਅਦਾਲਤ ਦਾ ਨੋਟਿਸ ਜਿਹੜਾ ਉਹ ਪਹੁੰਚ ਚੁਕੇ ਆ ਔਰ ਪੰਜ ਰੁਕਣੀ ਬੈਂਚ ਜਿਹੜਾ ਉਹ ਬਣ ਚੁਕੇ ਆ ਔਰ ਚੀਫ ਜਸਟਿਸ ਸਾਹਿਬ ਜਿਹੜੇ ਨੇ ਉਹ ਛੁੱਟੀਆਂ ਤੋਂ ਵਾਪਸ ਆ ਚੁਕੇ ਨੇ ਬਸ ਹੁਣ ਪਤਾ ਨਹੀਂ ਕੀ ਹੋ ਜਾਣਾ ਬੜੀ ਇੱਕ ਅਜੀਬੋ ਗਰੀਬ ਕਿਸਮ ਦੀ ਬੈਸ ਜਿਹੜੀ ਨਾ ਉਹ ਮਾਰਕੀਟ ਦੇ ਵਿੱਚ ਬਿਲਕੁਲ ਏਨ ਤਾੜ ਬਣਾ ਕੇ ਬੈਠੀ ਹੋਈ ਸੀ ਲੇਕਿਨ ਕੋਈ ਸੋਚ ਨਹੀਂ ਸੀ ਰਿਆ ਕਿ ਯਾਰ ਇਹ ਰੰਗੀਲਾ ਇਹ ਇਹ ਆਮ ਆਦਮੀ ਨਹੀਂ ਹੈ ਮਤਲਬ ਕਿ ਜਿਹੜਾ ਬੰਦਾ ਪੂਰੀ ਦੁਨੀਆ ਤੋਂ ਪੂਰੀ ਦੁਨੀਆ ਤੋਂ ਪੈਸਾ ਇਕੱਠਾ ਕਰਕੇ ਅਰਬ ਖਰਬਪਤੀ ਬਣ ਚੁੱਕਿਆ ਹੈ ਔਰ ਬਾਹਰ ਦੇ ਆ ਮੁਲਕਾਂ ਦੇ ਵਿੱਚ 20 20 30 30 ਮੰਜ਼ਲਾ ਇਮਾਰਤਾਂ ਜਿਹੜੀਆਂ ਨੇ ਉਹ ਖੜੀਆਂ ਕਰ ਸਕਦਾ ਉਹ ਏਡੀ ਛੇਤੀ ਜਿਹੜਾ ਫੜਿਆ ਜਾਏਗਾ ਮਤਲਬ ਤੁਸੀਂ ਆਪ ਚੰਗੇ ਬਲੇ ਤੁਸੀਂ ਸਿਆਣੇ ਬਿਆਣੇ ਤੇ ਬਹੁਤ ਵੱਡੀ ਖਬਰ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਚੁੱਕਿਆ ਸੱਜੇ ਖਬੇ ਨਹੀਂ ਜਾਣਾ ਔਰ ਦੂਸਰਾ ਜਿਹੜਾ ਇੱਕ ਹੋਰ ਝੂਠ ਨਾ ਬੇਨਕਾਬ ਕਰਨਾ ਅੱਜ ਫਿਰ ਕਿਉਂਕਿ ਹਰ ਰੋਜ਼ ਇਹ ਕਰਨਾ ਹੈ ਮੈਂ ਹਰ ਰੋਜ਼ ਕਿਉਂਕਿ 2 ਘੰਟੇ ਉਹਨੇ ਯੂਥੀਆਂ ਨੂੰ ਬੇਹਕੂਫ ਬਣਾਇਆ ਔਰ ਮੈਂ ਅੱਜ ਯੂਥੀਆਂ ਦਾ ਬਦਲਾ ਲੈ ਰਿਹਾ ਕਿਉਂਕਿ ਯੂਥੀਆਂ ਵੀ ਤੇ ਆਪਣੇ ਹੀ ਮਿੱਠੇ ਨੇ ਨਾ ਉਹਨਾਂ ਨਾਲ ਚਲੋ ਸ਼ੂਗਰ ਮੇਲਾ ਤੇ ਲਾਈਦਾ ਲੇਕਿਨ ਹੈਂ ਤੇ ਆਪਣੇ ਦਿਲ ਜਾਨੀ ਉਹ ਵੀ ਆਪਣੇ ਮਿੱਠੇ ਨੇ ਪਿਆਰੇ ਨੇ ਅਸਾਂ ਹੀ ਹੈ ਨਾ ਉਹਨਾਂ ਦੀ ਤਬੀਅਤ ਠੀਕ ਕਰਨੀ ਹੈ ਉਹਨਾਂ ਨੂੰ ਦੁਬਾਰਾ ਕੌਮੀ ਧਾਰੇ ਦੇ ਵਿੱਚ ਲੈ ਕੇ ਆਣਾ ਇਸ ਵਾਸਤੇ ਹੈਂ ਉਹ ਆਪਣੇ ਮਿੱਠੇ ਤੇ ਉਹਨਾਂ ਵਾਸਤੇ ਮੈਂ ਇਹ ਸਾਰਾ ਕੁਝ ਕਰ ਰਿਹਾ ਜਿਹੜੇ ਆ ਉਹਨਾਂ ਨੂੰ ਚੂਨਾ ਲਾਉਣ ਦੀ ਉਸ ਕੋਸ਼ਿਸ਼ ਕੀਤੀ ਔਰ ਝੂਠ ਔਰ ਫਰਾਡ ਔਰ ਸਾਰਾ ਕੁਝ ਠੀਕ ਹੈ ਨਾ ਇਹ ਬਹੁਤ ਵੱਡੀ ਖਬਰ ਮੈਂ ਤੁਹਾਨੂੰ ਦੇਣੀ ਹੈ ਤੇ ਰੰਗੀਲਾ ਜਿਹੜਾ ਉਹਨੇ ਅਦਾਲਤ ਦੇ ਵਿੱਚ ਮਾਫੀ ਮੰਗੀ ਮਾਫੀ ਜਿਹੜੀ ਇਹ ਉਹ ਪੂਰੀ ਤਰ੍ਹਾਂ ਕਬੂਲ ਨਹੀਂ ਹੋਈ ਕਿਉਂਕਿ ਮਾਫੀ ਦੇ ਵਿੱਚ ਕੋਈ ਥੋੜਾ ਜਿਹਾ ਕੋਈ ਧਾਗਾ ਖਰਾਬ ਸੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਤੁਹਾਡੇ ਮੈਂ ਗੋਸ਼ਤਜ਼ਾਰ ਕਰਨੀਆਂ ਨੇ ਸਜੇ ਖੱਬੇ ਨਾ ਹੋਇਆ ਜੇ ਹੁਣ ਅਸੀਂ ਆ ਜਾਨੇ ਸਭ ਤੋਂ ਪਹਿਲੇ ਇਹ ਅਦਾਲਤ ਦਾ ਤਾਂ ਚਲੋ ਹੁਣ ਫੈਸਲਾ ਆਇਆ ਨਾ 10 ਮਿੰਟ ਪਹਿਲੇ ਇਸ ਤੋਂ ਪਹਿਲੇ ਜਿਹੜਾ ਜਿਹੜੀ ਅਦਾਲਤ ਲੱਗੀ ਏ ਉਹਦਾ ਫੈਸਲਾ ਮੈਂ ਤੁਹਾਨੂੰ ਸੁਣਾ ਦਿਆ ਆਵਾਮੀ ਅਦਾਲਤ ਇੱਕ ਗੱਲ ਸੁਣਨ ਵਾਲੀ ਜੇ ਪਹਿਲੇ ਚਲੋ ਅਦਾਲਤ ਵਾਲ ਤੇ ਬਾਅਦ ਵਿੱਚ ਜਾਂਦੇ ਆ ਨਾ ਠੀਕ ਹੈ ਮਿੱਠਾ ਜੀ ਅੱਛਾ ਤਰਾਹ ਦੇ ਪਹਿਲੇ ਰੰਗੀਲਾ ਸੋਸ਼ਲ ਮੀਡੀਆ ਦੇ ਉੱਤੇ ਔਰ ਟੀਵੀ ਦੇ ਉੱਤੇ ਫੰਡ ਇਕੱਠਾ ਕਰ ਰਿਹਾ ਸਲਾਬ ਜ਼ਿੰਦਗਾਨ ਵਾਸਤੇ ਗੱਲ ਇੱਥੇ ਬੜੀ ਧਿਆਨ ਨਾਲ ਸੁਣਨੀ ਹੈ ਔਰ ਅਗਰ ਮੇਰੀ ਖਬਰ ਨੂੰ ਕੋਈ ਬੰਦਾ ਚੈਲੰਜ ਕਰ ਜਾਏ ਪਾਕਿਸਤਾਨ ਦੇ ਵਿੱਚੋਂ ਔਰ ਬਾਹਰ ਦੇ ਵਿੱਚੋਂ ਤੇ ਹਰ ਸਜ਼ਾ ਅਸੀਂ ਲੈਣ ਨੂੰ ਤਿਆਰ ਔਰ ਜੁਰਮਾਨਾ ਦੇਣ ਨੂੰ ਵੀ ਤਿਆਰ ਹਾਂ ਬੰਗਰ ਇਕੱਠਾ ਹੋ ਗਿਆ ਜੀ ਟੋਚੀ ਖਾਨ ਆ ਨੇ 1 ਮਿਲੀਅਨ ਦੇ ਦਿੱਤਾ ਇਕਬਾਲ ਨੇ 1 ਮਿਲੀਅਨ ਡਾਲਰ ਦੇ ਦਿੱਤਾ ਸਦੀਕ ਨੇ 3 ਮਿਲੀਅਨ ਡਾਲਰ ਦੇ ਦਿੱਤਾ ਬੱਗੇ ਚਣਿਆਂ ਵਾਲੇ ਨੇ 2 ਮਿਲੀਅਨ ਡਾਲਰ ਦੇ ਦਿੱਤਾ ਬਰਤਾਨੀਆਂ ਤੋਂ ਉਹ ਮਾਈ ਜਿਹੜੀ ਆ ਟਿਕਟਾਕ ਵਾਲੀ ਡਾਂਸਰ ਉਸ ਦੇ ਦਿੱਤਾ ਲੱਖ ਦਿੱਤੇ ਉਸ 20 ਅੱਛਾ ਇਹ ਬੜਾ ਰੌਲਾ ਪੈ ਗਿਆ ਐਂ ਦੋ ਘੰਟਿਆਂ ਦੇ ਵਿੱਚ ਪੋਸਟਰ ਪਹਿਲੇ ਹੀ ਬਣਾਏ ਸੀ ਜੀ 5 ਅਰਬ ਰੁਪਈਆ ਜਿਹੜਾ ਨੇ ਇਕੱਠਾ ਹੋ ਗਿਆ। ਅੱਛਾ ਇਹ ਨਹੀਂ ਸੀ ਦੱਸਦੇ ਮੈਂ 5 5 ਅਰਬ ਦਾ ਲੋਕਾਂ ਨੇ ਐਲਾਨ ਕੀਤਾ। ਹੁਣ ਮੈਂ ਖੁਦ 1 ਮਿਲੀਅਨ ਡਾਲਰ ਦਾ ਐਲਾਨ ਕੀਤਾ ਉਹਦੇ ਉੱਤੇ। ਫੋਨ ਕਰਕੇ ਨਾਮ ਨਹੀਂ ਦੱਸਣਾ ਕਿਹੜੇ ਨਾਮ ਦਾ। ਤੁਸੀਂ ਲੱਭ ਲਿਆ ਜਾਓ ਦੀ ਰਿਕਾਰਡਿੰਗ ਕੱਢ ਕੇ। 1 ਮਿਲੀਅਨ ਡਾਲਰ ਦਾ ਮੈਂ ਐਲਾਨ ਕੀਤਾ। ਤੇ ਇਸ ਤਰ੍ਹਾਂ ਮੇਰੇ ਹੋਰ ਕਈ ਦੋਸਤ ਨੇ ਜਿਹਨਾਂ ਇੱਕ ਇੱਕ ਮਿਲੀਅਨ ਡਾਲਰ ਦਿੱਤੇ ਉਹ ਆਉਂਦੇ ਨੇ ਬੱਸ ਹਮ ਬਦਲਾ ਲੈਣਾ ਇਹ ਝੂਠ ਬੋਲਦਾ ਆਵਾਂ ਮੈਂ ਤੇ ਅਸੀਂ ਕਿਉਂ ਨਾ ਬਦਲਾ ਲਈਏ ਹੁਣ ਜਨਾਬ ਅੱਜ ਤੀਜਾ ਦਿਨ ਕੱਲ ਅਸੀਂ ਜਦੋਂ ਪੰਜਾਬ ਬੈਂਕ ਨੂੰ ਟੈਲੀਫੋਨ ਕੀਤਾ ਔਰ ਖੈਬਰ ਪਖਤੂਨਹਾ ਬੈਂਕ ਨੂੰ ਟੈਲੀਫੋਨ ਕੀਤਾ ਔਰ ਸਾਡੇ ਜਿਹੜੇ ਮਿੱਠੇ ਉੱਥੇ ਕੰਮ ਕਰਦੇ ਨੇ ਉਹਨਾਂ ਕੋਲ ਪੁੱਛਿਆ ਕਿ ਹਾਂ ਵੀ ਕਿੰਨੇ ਪੈਸੇ ਆਏ ਕਹੋ ਉਹਨਾਂ ਕਹਿੰਦੇ ਜੀ ਇੱਕ ਟਕਾ ਨਹੀਂ ਆਇਆ ਅੱਜ ਫਿਰ ਬੈਂਕ ਬੰਦ ਹੋਣ ਦੇ ਵਿੱਚ ਇਸ ਟਾਈਮ 10 ਮਿੰਟ ਰਹਿੰਦੇ ਨੇ ਮੈਂ ਫਿਰ ਟੈਲੀਫੋਨ ਕੀਤਾ ਹੈਡ ਆਫ ਸਾਜ ਜਿੱਥੇ ਆਪਣੇ ਮਿੱਠੇ ਮੈਂ ਕਿਹਾ ਜੀ ਕੀ ਰਿਪੋਰਟ ਕਿੰਨੇ ਅਰਬ ਰੁਪਈਆ ਆਇਆ ਉਹਨੇ ਕਿਹਾ ਜੀ ਬੈਂਕ ਆਫ ਪੰਜਾਬ ਦੇ ਵਿੱਚ 45660 ਰੁਪਈਆ ਆਏ ਨੇ ਬੈਂਕ ਆਫ ਪੰਜਾਬ ਦੇ ਵਿੱਚ 45660 ਰੁਪਈਆ ਆਏ ਨੇ ਮੈਂ ਕਿਹਾ ਕੀ ਮਤਲਬ ਉਸਾਕੇ ਬਾਈ ਜੀ ਇਹ ਵੀ ਜਿਹੜੇ ਆਏ ਨੇ ਨਾ ਇਹ ਪਾਕਿਸਤਾਨ ਦੇ ਵਿੱਚੋਂ ਆਏ ਨੇ ਬਾਹਰੋਂ ਪੈਸੇ ਹਜੇ तकरीबन 2000 ਰੁਪਏ ਹੀ ਆਇਆ ਅਗਰ ਉਹਨਾਂ ਨੂੰ ਕਨਵਰਟ ਕਰੀਏ ਕਿਸੇ ਨੇ ਕੋਈ 10 ਪਾਉਂਡ ਜਾਂ 10 ਡਾਲਰ ਦਿੱਤੇ ਨੇ ਬਸ 45000 45000 ਰੁਪਇਆ ਅੱਜ ਤੀਜੇ ਦਿਨ ਤੱਕ ਉੱਥੇ ਉਸ ਬੈਂਕ ਅਕਾਊਂਟ ਵਿੱਚ ਪਹੁੰਚਿਆ ਜਿਹਦੇ ਬਾਰੇ ਉਹਨੇ ਗਿਆ ਮੈਂ 5 ਅਰਬ ਇਕੱਠਾ ਕਰ ਚੁੱਕਿਆ ਔਰ ਇਹ 45000 ਜਿਹੜਾ ਇਕੱਠਾ ਹੋਇਆ ਇਹ ਵੀ ਪਾਕਿਸਤਾਨ ਦੇ ਵਿੱਚ ਜਿਹੜੇ ਕੋ ਲੋਕ ਸੀ ਵਿਚਾਰੇ ਮੇਰੇ ਵਰਗੇ ਗਰੀਬ ਦਿਹਾੜੀਦਾਰ ਕਿਸੇ ਨੇ 100 ਕਿਸੇ ਨੇ 50 ਕਿਸੇ ਨੇ 500 ਇੰਚ ਕਰਕੇ ਨਾ ਪਾਇਆ ਆਪਣੀ ਖਲਾਸੀ ਕਰਾਈ ਇਹ ਤੇ ਹੋ ਗਈ ਪੰਜਾਬ ਬੈਂਕ ਦੀ ਗੱਲ ਅੱਗੇ ਆਜੋ ਪਖਤੂਨ ਖਾਦਾ ਬੈਂਕ ਖੈਬਰ ਉਹਦੇ ਵਿੱਚ ਅਸੀਂ ਪਤਾ ਕਰਾਇਆ ਅਸਾਂ ਕਹਿੰਦੇ ਮਿਠਾ ਜੀ ਇਹ ਬੜੇ ਟੋਚੀ ਖਾਂ ਬਿੱਲੀ ਖਾਂ ਰਿਓੜੀ ਖਾਂ ਰਬੜੀ ਖਾਂ ਇਹ ਜਿੰਨੇ ਵੀ ਆਹਾਰ ਬੈਠੇ ਆ ਮੁਲਕਾਂ ਦੇ ਵਿੱਚ ਇਹ دیਵਾਨੇ ਖਾਨ ਸਾਹਿਬ ਦੇ ਔਰ ਜਨੀਆ ਵੀ ਮਾਈਆਂ ਬਰਤਾਨੀਆਂ ਦੇ ਵਿੱਚ ਫਰਤਲ ਮਾਈਆਂ ਕੁਟਾਈ 3000 ਲੰਡਨ ਦੇ ਵਿੱਚ ਜਿਹੜੀ ਮਾਈ ਆ ਫਰਤਲ ਤੇ ਕੀ ਕੀ ਉਹ ਕਰਦੀ ਏ ਤੇ ਕਿੱਥੇ ਕਿੱਥੇ ਉਹ ਗੇਮ ਕਰਵਾਂਦੀ ਆ ਤੇ ਕਿੰਨੇ ਪੈਸੇ ਲੈਂਦੀਆਂ ਨੇ ਬੜੀਏ بڑے ਮਹਾਰਾਜ ਖੋਲ ਸਕਣਾ ਲੇਕਿਨ ਮਿੱਠੀਆਂ ਨੇ ਆਪਣੀਆਂ ਕਿਦਾਰੇ ਔਖੇ ਸੌਖੇ ਵਕਤ ਚ ਕੰਮ ਆ ਜਾਂਦੀ ਆ ਗੁਮਹਿਮਾਨ ਆ ਜਾਂਦੇ ਆ ਪਾਕਿਸਤਾਨੋਂ ਚਾਰ ਡਾਂਸਰਾਂ ਮਗਵਾਣੀਆਂ ਪੈ ਜਾਂਦੀਆਂ ਨੇ ਬੜੇ ਉਤਲੇ ਹਾਲਾਤ ਨੇ ਲੰਡਨ ਦੇ ਵਿੱਚ ਜਿਹੜੀ ਯੂਥ ਹਨ ਆ ਨਾ ਉਹ ਕੀ ਕਰਦੀਆਂ ਨੇ ਉਹਨਾਂ ਦਾ ਕੀ ਚਾਲ ਚੱਲੇ ਨੇ ਉਹਨਾਂ ਨੇ ਫੜ ਕੇ ਲੰਡਨ ਨੂੰ ਅੱਗੇ ਲਾਏ ਆ ਇਹ ਦੋ ਕੁ هزار ਹੈਂ ਕੁੜੀਆਂ ਮੈਨਾਂ ਅਖੀਰ ਕਰ ਦਿੱਤੀ ਐਸਾ ਡਾਂਸ ਔਰ ਫਿਰ ਰਾਤ ਦਾ ਪੂਰਾ ਸਮਾਨ ਤੇ ਬਾਰਬੀਕਿਊ ਤੇ ਫਿਰ ਰੇਟ ਬੜੇ ਉੱਚੇ ਤੇ ਬੜੇ ਅਜੀਬ ਕਿਸਮ ਦੇ ਖਾਤੇ ਨੇ ਇਹ ਜਿਹੜੀਆਂ ਯੂਥਨਾ ਨੇ ਇਹ ਉਹ ਨੇ ਜਿਹੜੀਆਂ ਦੀ ਚੌਕ ਜ ਗਈਆਂ ਸਨ ਤੇ ਉੱਥੋਂ ਬੀਨ ਧਰਾਇਆ ਸੀ ਤੇ ਇੱਥੇ ਆ ਕੇ ਫਿਰ ਅੱਗੋਂ ਉਹ ਕੜਾਏ ਤੇ ਉਹ ਫਿਰ ਇੱਥੋਂ ਦੀ ਹਕੂਮਤ ਕੋਲ ਲੈ ਕੇ ਤੇ ਗੇਮ ਖਾਈ ਜਾਂਦੀਆਂ ਤੇ ਨਾਲ ਸਾਈਡ ਬਿਜ਼ਨਸ ਜਿਹੜਾ ਡਾਂਸ ਡੱਪਾ ਤੇ ਮਤਲਬ ਖੇਲ ਖਲਾਈਆਂ ਰਾਤਾਂ ਨੂੰ ਬੰਦੇ ਘੇਰੇ ਨੇ 50 50 100 100 ਜਿੰਨਾਂ ਕੋਲ ਪੈਸਾ ਤੇ ਉਹ ਫਿਰ ਸਰਕੂਲੇਟ ਕਰਦਾ ਰਹਿੰਦਾ ਗੇਮ ਸਾਰੀ ਇਹ ਤੇ ਹੋ ਗਈ ਯੂਥ ਦਾ আচ্ছা ਗੱਲ ਕਿੱਥੇ ਸੀ ਗੱਲ ਇੱਕ ਨਿਕਲ ਜਾਂਦੀ ਜ਼ਿਹਨ ਚ ਵਡੇਰੀ ਉਮਰ আচ্ছা ਉਹ ਜਨਾਬ ਪਖਤੂਨ ਖਾ ਦੇ ਅਕਾਊਂਟ ਜਿਹਾ ਸਭ ਪਤਾ ਕਰ ਸਕਾ ਭਾਈ ਜੀ ਪੈਸੇ ਕਿੰਨੇ ਆਏ ਇਹ ਤੁਹਾਡੇ ਤੇ ਲੱਖਾਂ ਦੇ ਹਿਸਾਬ ਤੇ ਬਾ ਟੋਚੀ ਖਾਂ ਫਿਰਦੇ ਨੇ ਉਹਨਾਂ ਕਹਿੰਦੇ ਇੱਕ ਪੈਸਾ ਵੀ ਨਹੀਂ ਆਇਆ ਹਜੇ ਤੱਕ ਮੈਂ ਕਿਹਾ ਲੋਕਲ ਕਿਸੇ ਪਖਤੂਨ ਹਾਂ ਉਹਨਾਂ ਕਹਿੰਦੇ ਕੋਈ ਪੈਸਾ ਨਹੀਂ ਆਇਆ ਯਾਨੀ ਕਿ 45600 ਰੁਪਇਆ ਪੰਜਾਬ ਬੈਂਕ ਦੇ ਜਿਹੜਾ ਸਿਰਫ ਇਕੱਠਾ ਆਇਆ ਉਹ ਵੀ ਪੰਜਾਬ ਵਿੱਚੋਂ ਪਖਤੂਨ ਹਾਂ ਜਾਂ ਬਾਰੋਂ ਕਿਧਰੋਂ ਵੀ 1 ਰੁਪਇਆ 1 ਪੈਨੀ ਹਜੇ ਤੱਕ ਉਸ ਫੰਡ ਵਿੱਚ ਇਕੱਠੀ ਨਹੀਂ ਹੋਈ ਤੇ ਅਸੀਂ ਅੱਜ ਫਿਰ ਉਹਨੂੰ ਬੈਂਕਾਬ ਕਰ ਦਿੱਤਾ ਅੱਜ ਤੀਜਾ ਦਿਨ ਅੱਜ ਅਸੀਂ ਫਿਰ ਬੈਂਕਾਬ ਕਰ ਦਿੱਤਾ ਔਰ ਅਸੀਂ ਹਰ ਰੋਜ਼ ਉਹਨੂੰ ਬੈਂਕਾਬ ਕਰਕੇ ਦਸ ਤਰ੍ਹਾਂ ਦੇ ਕਿਉਂਕਿ ਇਹ ਫਰਜ਼ ਹੈ ਇਹ ਪਾਕਿਸਤਾਨ ਦੀ ਖਿਦਮਤ ਹੈ ਇਹ ਨਿਆਜ਼ੀ ਨੂੰ ਬੇਨਕਾਬ ਕਰਨਾ ਪਾਕਿਸਤਾਨ ਦੀ ਖਿਦਮਤ ਹੈ ਅਦਾਲਤਾਂ ਭਾਵੇਂ ਜੋ ਮਰਜ਼ੀ ਕਹਿਣ ਉਹਨੂੰ ਉਹਨੂੰ ਨਾ ਹਲ ਕਰਨ ਜਾਂ ਨਾ ਕਰਨ ਤੋਹਿੰਨੇ ਅਦਾਲਤ ਲਾਣ ਜਾਂ ਨਾ ਲਾਣ ਅਸੀਂ ਸਿਆਸੀ ਜਿਹੜਾ ਦੇ ਰੋਜ਼ ਉਹਦੇ ਤੇ ਤੋਹਿੰਨੇ ਅਦਾਲਤ ਵੀ ਲਾਣੇ ਆਂ ਔਰ ਉਹਨੂੰ ਝੂਠਾ ਵੀ ਸਾਬਤ ਕਰਕੇ ਤੁਹਾਡੇ ਸਾਹਮਣੇ ਰੱਖਣੇ ਆਂ ਔਰ ਨਾਲ ਚੈਲੰਜ ਵੀ ਕਰਨੇ ਆਂ ਕਿ ਅਗਰ ਸਾਡੀ ਖਬਰ ਗਲਤ ਹੋਏ ਤੇ ਅਸੀਂ ਹਰ ਸਜ਼ਾ ਜਿਹੜੀ ਉਹ ਪੁਕਤਾਂ ਨੂੰ ਤਿਆਰ ਆਂ ਹੋਣ ਆ ਜਾਓ ਤੋਹਿੰਨੇ ਅਦਾਲਤ ਦੇ ਨੋਟਿਸ ਤੇ ਬੜੇ ਚਾਵਨ ਨਾਲ ਨੋਟਿਸ ਕੱਲਿਆ ਜਿਵੇਂ ਸ਼ਾਦੀ ਕਾਰਟ ਨਹੀਂ ਕੱਲੀ ਤੇ ਉਹ ਬੈਂਚ ਬਣ ਗਿਆ ਜੀ ਚੀਫ ਜਸਟਿਸ ਆ ਗਿਆ ਫਲਾਣਾ ਆ ਗਿਆ ਟਿੰਗੜਾ ਆ ਗਿਆ ਐਨ ਜੋ ਹੋ ਜਾਏਗਾ ਉਹ ਹੋ ਜਾਏਗਾ ਫਲਾਣਾ ਕਹਿ ਰਿਹਾ ਜੀ ਪੜ ਜਾਏਗਾ ਪਹਿਲੀ ਪੇਸ਼ੀ ਤੇ ਬੜਾ ਸਖਤ ਇਹਨਾਂ ਜੁਰਮ ਕੀਤੇ ਉਹ ਭਾਈ ਉਹ ਸਖਤ ਚੁਰਮ ਤੇ ਉਹਨਾਂ ਵਾਸਤੇ ਵੀ ਜਿਨ੍ਹਾਂ ਨੂੰ ਸਜ਼ਾਾਂਵਾਂ ਹੋਣੀਆਂ ਸੀ ਉਹ ਇਹ ਤੇ ਵਿੱਚ ਰਚੇ ਆ ਤੁਹਾਨੂੰ ਫਾਰਨ ਫੰਡਿੰਗ ਦਾ ਪੈਸਾ ਤੁਸੀਂ ਫੈਸਲਾ ਨਹੀਂ ਪੜਦੇ ਕਿੰਨਾ ਪੈਸਾ ਆਇਆ ਔਰ ਕਿੱਥੇ ਕਿੱਥੇ ਲੱਗਾ ਕਿੰਨਾ ਕਿੰਨਾ ਦੇ ਬੱਚੇ ਬਾਹਰ ਪੜਦੇ ਨੇ ਕਿੰਨਾ ਕਿਹੜੇ ਕਿਹੜੇ ਲੋਕ ਨੇ ਜਿਹੜੇ ਇਸ ਕਾ ਦਿਓੜਾ ਸਿਸਟਮ ਦੇ ਵਿੱਚ ਵੱੜ ਚੁਕੇ ਨੇ ਕੀ ਆ ਉਥੋਂ ਤੁਸੀਂ ਫੈਸਲੇ ਦੀ ਤਵੱਕੋ ਰੱਖਦੇ ਹੋ ਤੁਹਾਨੂੰ ਮੈਂ ਕਈ ਦਫਾ ਕਹਿ ਚੁਕੇ ਹਾਂ ਕਿ ਇਹ ਜਿਹੜੀਆਂ ਅੱਜ ਇਸਰਾਇਲ ਦਾ ਟੀਵੀ ਜਿਹੜਾ ਉਹ ਧਾੜਾ ਮਾਰ ਮਾਰ ਕੇ ਰੋ ਰਿਹਾ ਕਿ ਸਾਡਾ ਬੰਦਾ ਇਹਨੂੰ ਛੱਡ ਦਿਓ ਲੇਕਿਨ ਕਿਸੇ ਨੋਟਿਸ ਲੈ ਕਿਸੇ ਅਦਾਲਤ ਨੇ ਨਹੀਂ ਲਿਆ ਆਈਐਮਐਫ ਦੇ ਵਿੱਚ ਭਾਰਤ ਔਰ ਇਸ ਨਿਆਜ਼ੀ ਨੇ ਦੋਹਾਂ ਨੇ ਪਾਕਿਸਤਾਨ ਦੀ ਮੁਖਾਲਫਤ ਕੀਤੀ ਕਿਸੇ ਨੇ ਫੜਿਆ ਕਿਸੇ ਨੇ ਨੋਟਿਸ ਲਿਆ ਕਿਸੇ ਨੇ ਕੋਈ ਏ ਗਿਰਦਾਰੀ ਦਾ ਮੁਕਦਮਾ ਦਰਜ ਕੀਤਾ ਨਹੀਂ ਕੀਤਾ ਕਿਉਂਕਿ ਇਹ ਬੜਾ ਵੱਡਾ ਗਨ ਚੱਕਰ ਹੈ ਜਿਹੜੀ ਤਰੀਕੇ ਇਨਸਾਫ ਹੈ ਇਹ ਜਿਨ੍ਹਾਂ ਨੇ ਬਣਾਈ ਇਹ ਉਹ ਬੜੇ ਮਜ਼ਬੂਤ ਨੇ ਉਹ ਕਦਾਈਂ ਮਜ਼ਬੂਤ ਨੇ ਪਾਕਿਸਤਾਨ ਤੋਂ ਇਹਦੇ ਹੁਣ ਪਾਕਿਸਤਾਨ ਦੀ ਫੌਜ ਤੇ ਔਰ ਇਹ ਜਿਹੜੇ ਦੂਜੇ ਸਿਆਸਤਦਾਨ ਨੇ ਉਹਨਾਂ ਤੇ ਵੀ ਨਾ ਕਿ ਇਹ ਇੱਕ ਤਹਈਆ ਕਰ ਲੈਣ ਤੇ ਇਹਦਾ ਖਾਤਮਾ ਕਰਨ ਵਰਨਾ ਇਹ ਨਹੀਂ ਖਤਮ ਹੋ ਸਕਦਾ ਸਰ ਜੀ ਜੋ ਮਰਜ਼ੀ ਤੁਸੀਂ ਕਰ ਲਓ ਇਸਰਾਇਤ ਕਰ ਚੁੱਕੇ ਆ ਕਿਉਂਕਿ ਇਹ ਜਿਨ੍ਹਾਂ ਦਾ ਪਲਾਨ ਹੈ ਉਹਨਾਂ ਨੇ ਪਲਾਨ ਐਵੇਂ ਅਰਬਾਂ ਡਾਲਰ ਨਹੀਂ ਕੋ ਦਿੰਦਾ ਇਹ ਮੁਲਕ ਦੇ ਖਾਤਮਾ ਕਰਨ ਵਾਸਤੇ ਇਹ ਬੰਦਾ ਛੜਿਆ ਗਿਆ ਸੀ ਐਵੇਂ ਨਹੀਂ ਇੱਕ ਵਾਰ ਬੰਦਾ ਅਰਬ ਡਾਲਰ ਦੇਂਦਾ ਕਿਸੇ ਨੂੰ ਠੀਕ ਹੈ ਨਾ ਔਰ ਚੁਣ ਕੇ ਬੰਦਾ ਚੁਕਿਆ ਕਿ ਇਹ ਸਾਡੀ ਹਰ ਚੀਜ਼ ਪੂਰੀ ਕਰੇਗਾ ਔਰ ਕਕੀਤੀ ਉਹਨੇ ਕੀ ਛੜਿਆ ਮੁਲਕ ਤੇ ਪਿੱਛੇ ਕੱਖ ਨਹੀਂ ਛੜਿਆ ਹੁਣ ਅਦਾਲਤਾਂ ਹੀ ਨਹੀਂ ਕੰਮ ਕਰ ਰਹੀ ਅੱਜ ਬੁਲਾਇਆ ਉਹਨੂੰ ਆਇਆ ਉਹਨੇ ਮਾਫੀ ਮੰਗੀ ਜੀ ਮੈਨੂੰ ਮਾਫ ਕਰਦਿਓ ਅਗਰ ਤੁਸੀਂ ਸਮਝਦੇ ਹੋ ਕਿ ਮੈਂ ਗਲਤ ਆ ਤੁਸੀਂ ਜਰਾ ਮਾਫੀ ਦਾ ਸਟਾਈਲ ਚਾਹ ਕਰੋ ਮਾਫੀ ਤੇ ਹੁੰਦੀ ਸਰ ਜੀ ਜੋ ਕੁਝ ਹੋ ਗਿਆ ਮੈਨੂੰ ਮਾਫ ਕਰ ਦਿਓ ਮੈਂ ਮਾੜਾ ਬੰਦਾ ਮੇਰ ਤੋਂ ਗਲਤੀ ਹੋ ਗਈ ਸਰ ਮੈਨੂੰ ਮਾਫ ਕਰ ਦੇ ਇਹਨੂੰ ਕਹਿੰਦੇ ਨੇ ਮਾਫੀ ਉਹ ਕਹਿੰਦਾ ਅਗਰ ਤੁਸੀਂ ਸਮਝਦੇ ਹੋ ਕਿ ਤੂੰ ਇਹਨੇ ਦਾਲ ਦਿੱਤੇ ਮੈਨੂੰ ਮਾਫ ਕਰ ਦੇ ਇਹਦਾ ਮਤਲਬ ਇਹ ਵੀ ਕਿ ਤੂੰ ਤਾਂ ਮਾਫੀ ਨਾ ਨਾ ਮੰਗੀ ਤੂੰ ਅਗਰ ਤੇ ਗੱਲ ਰੱਖੀ ਕਿਉਂਕਿ ਪੈਸਾ ਪਿੱਛੋਂ ਬਾਤ ਆ ਰਿਹਾ ਪਿੱਛੇ ਨੰਨਕੇ ਬੜੇ ਬੜੇ ਮਜ਼ਬੂਤ ਨੇ ਪਾਕਿਸਤਾਨ ਦੀ ਕਿਹੜੀ ਗੱਲ ਹੁਣ ਉਹ ਅਦਾਲਤ ਚੜੀ ਐ ਪੰਜ ਰੁਕੜੀ ਬੈਂਚ ਬੜਾ ਕਾਬਲੇ ਇhtiram ਉਹਨਾਂ ਨੇ ਕਿਹਾ ਜੀ ਇੱਕ ਹਫਤੇ ਦਾ ਤੈਨੂੰ ਹੋਰ ਟਾਈਮ ਕਹਨੇ ਆ ਤੇ ਚੰਗੀ ਤਰ੍ਹਾਂ ਮਾਫੀ ਲਿਖ ਕੇ ਲਿਆ ਇਹੋ ਹੀ ਅਸੀਂ ਤੁਹਾਨੂੰ ਇੱਕ ਹਫਤਾ ਪਹਿਲੇ ਕਿਹਾ ਸੀ ਕਿ ਉਹ ਆਏਗਾ ਔਰ ਉਹਦੀ ਛਾਂਣ ਫੜ ਕਰਕੇ ਉਹਨੂੰ ਕਹਿਣ ਦੇ ਕਿ ਅਗਲੇ ਹਫਤੇ ਆ ਜੇ ਇਹ ਅਸੀਂ ਪਿਛਲੇ ਹਫਤੇ ਤੁਹਾਨੂੰ ਕਿਹਾ ਸੀ ਇਹ ਜਾ ਕੇ ਵੇਖ ਲੈ ਦੇਖ ਲੋ ਜਾ ਕੇ ਉਹ ਹਫਤੇ ਬਾਅਦ ਹਫਤਾ ਫੇਰ ਗੱਲਾਂ ਹੋਣਗੀਆਂ ਜੀ ਇਹ ਮਾਫੀ ਲਿਖੇਗਾ ਇੰਜ ਦੀ ਮਾਫੀ ਹੋਏਗੀ ਮਾਫੀ ਨਹੀਂ ਦੇਵੇਗਾ ਮਾਫੀ ਦੇਵੇਗਾ ਮਾਫੀ ਆਏਗੀ ਮਾਫੀ ਨਹੀਂ ਜਾਏਗੀ ਇਹਦੇ ਦਰੋਂ ਹਫਤਾ ਹੋਰ ਲੱਗ ਜਾਏ ਮਤਲਬ ਕਿ ਖੇਲ ਬਣਾ ਲਿਆ ਖੇਲ ਜਿੰਨੇ ਵੀ ਇਹ ਇਹਨੇ ਜਿੰਨੇ ਵੀ ਦਾਣੇ ਫਿਟ ਕੀਤੇ ਨੇ ਨਾ ਲੁੱਡੋ ਤੇ ਅਖੀਰ ਗੇਮ ਫਸਾਈ ਉਸ ਉਹ ਬਾਬਾ ਤੁਹਾਡੀ ਜੱਜ ਨੂੰ ਉਹਨੇ ਜਲਸੇ ਦੇ ਵਿੱਚ ਖੜੇ ਹੋ ਕੇ ਧਮਕੀ ਲਈ ਗੱਲ ਖਤਮ 100 ਮਾਫੀਆਂ ਮੰਗੇ ਪਿਆ ਲੇਕਿਨ ਜੁਰਮ ਤੇ ਹੋ ਚੁੱਕਿਆ ਹੈ ਨੋਟਿਸ ਤੁਸਾਂ ਕਾਲ ਚੁੱਕਿਆ ਬੰਦਾ ਤੁਹਾਡੇ ਸਾਹਮਣੇ ਪੇਸ਼ ਆ ਰੱਸਾ ਵੀ ਹਾਜ਼ਰ ਹੈ ਫਟਾ ਵੀ ਹਾਜ਼ਰ ਹੈ ਤੇ ਕਸਾਈ ਕਿੱਥੇ ਆ ਕਸਾਈ ਉੱਥੇ ਥੋੜਾ ਮਾਰੀ ਜਾ ਰਿਹਾ ਅਗਲੇ ਹਫਤੇ ਫੇਰ ਆ ਜਾਈਂ ਯਾਰ ਕੋਈ ਗੱਲ ਲੈ ਕਰਨ ਵਾਲੀ ਮਿੱਠਾ ਜੀ ਇਹ ਜ਼ਿਆਤੀ ਤੁਸੀਂ ਕਰਦੇ ਹੋ ਨੂੰ اسلامਾਬਾਦ ਆਈਕਾ ਉਟਾਲਿਓ ਬਟ ਜਿਹੜਾ 2 ਨੰਬਰ ਤੰਦਕ ਇਸ ਤਰੀਕੇ ਇਨਸਾਫ ਨੇ ਸਹੀ ਕਰਵਾਣਾ ਹੁੰਦਾ ਆਪਣਾ اسلامਾਬਾਦ ਹਾਈ ਕੋਰਟ ਉਰ ਜਾਂਦੀ ਏ ਮਬਈਨਾ ਤੌਰ ਤੇ ਬੜੀ ਇੱਜ਼ਤ ਔਰ ਇhtram ਦੇ ਨਾਲ ਮਤ ਸਾਡੇ ਤੇ ਵੀ ਲਾ ਦਿਓ ਸਾਡੇ ਤੇ ਤਾਂ ਬੜੀ ਛੇਤੀ ਲਾ ਦਿੰਦੇ ਨਾ ਕਿਉਂਕਿ ਸਾਡਾ ਕਿਹੜਾ ਕੋ ਵਾਲੀ ਵਾਰਸ ਤੇ ਇਹ ਉਹ ਸ਼ਖਸ ਏ ਜਿਹਦਾ ਸਿਸਟਮ ਸਰਾਇਤ ਕਰ ਚੁੱਕਿਆ ਏ ਇਸਰਾਇਲ ਦਾ ਟੀਵੀ ਹਰ ਰੋਜ਼ ਕਿਉਂ ਆ ਕੇ ਕਹਿ ਰਿਹਾ ਕਿ ਸਾਡਾ ਬੰਦਾ ਇਹਨੂੰ ਛੱਡ ਦਿਓ اربਾਂ ਡਾਲਰ ਇਹਨੂੰ ਅਜੇ ਤੱਕ ਜਾ ਰਹੇ ਨੇ ਪੈਸੇ ਹਜੇ ਤੱਕ ਪੈਸੇ ਜਾ ਰਹੇ ਨੇ ਬਰੋਂਨ ਤਾਕਤਾਂ ਦੇ ਹੁੰਡੀ ਦੇ ਜ਼ਰੀਏ ਜਾ ਰਹੇ ਨੇ ਸਾਨੂੰ ਪਤਾ ਲੱਗਾ ਕਿ ਅਬੂਦਾਬੀ ਦੇ ਵਿੱਚ ਇੱਕ ਜਗ੍ਹਾ ਉੱਥੇ ਇਹ ਹੁੰਡੀ ਦਾ ਕੰਮ ਹੁੰਦਾ ਔਰ ਉੱਥੋਂ ਉਹ ਜਿਹੜੇ ਸਾਰੇ ਪਠਾਨ ਨੇ ਉਹ ਕਰਦੇ ਨੇ ਕੰਮ ਟਰਾਲੀਆਂ ਟਰੋਲੀਆਂ ਦਾ ਟਰਾਂਸਪੋਰਟ ਦਾ ਉਹਦੇ ਉੱਥੋਂ ਅਬੂਦਾਬੀ ਦੇ ਵਿੱਚੋਂ ਗੇਮ ਜਿਹੜੀ ਉਹ ਪੈਰੀ ਵੱਡੀਆਂ ਤਾਕਤਾਂ ਦੇ ذریعے ਉੱਥੇ ਜਾ ਰਹੀ ਹੈ ਇਹ ਵੀ ਕਿਸੇ ਦਿਨ ਫਿਰ ਵੱਡੀ ਸਟੋਰੀ ਕਰਾਂਗੇ ਤੇ ਬਹਰਲ ਜੀ ਮਾਫੀ ਉਹਨੇ ਮੰਗੀ ਮਾਫੀ ਕਿਵੇਂ ਮੰਗੀ ਕਿ ਅੱਛਾ ਮੈਂ ਅਗਰ ਤੁਸੀਂ ਸਮਝਦੇ ਹੋ ਤਾਂ ਮੈਨੂੰ ਮaaf ਕਰ ਦਿਓ ਉਹਨਾਂ ਕਹੇ ਮਾਫੀ ਨੂੰ ਠੀਕ ਕਰਕੇ ਲਿਆ ਇੱਕ ਪ੍ਰਾਪਰ ਮਾਫੀ ਮੰਗ ਜਿਵੇਂ ਹੁੰਦੀ ਏ ਕਿ ਮੈਂ ਮੈਨੂੰ ਮaaf ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਪਰ ਪਹਿਲੇ ਆਪਣਾ ਜੁਰਮ ਤੇ ਮੰਨੇਗਾ ਦੇ ਮਾਫੀ ਦਿਆਂਗੇ ਨਾ ਤੇ ਉਹ ਜੁਰਮ ਆਪਣਾ ਮੰਨਦਾ ਨਹੀਂ ਪਿਆ ਕਿਉਂਕਿ ਜਦੋਂ ਜੁਰਮ ਮੰਨ ਜੇਗਾ ਅੱਗੋਂ ਫਿਰ ਅਦਾਲਤ ਕਹੇ ਕਿ ਅੱਛਾ ਹੁਣ ਤੋਂ ਜੁਰਮ ਮੰਨ ਲਿਆ ਨਾ ਹੁਣ ਫਿਰ ਸਾਡੇ ਰਹਿਮੋ ਕਰਮ ਤੇ ਤੇ ਹੋ ਸਕਦਾ ਕੋਈ ਬੰਦੇ ਵਿੱਚ ਪੈ ਜਾਣ ਕਹਿਣ ਕਿ ਭਾਈ ਉਹਨੇ ਜੁਰਮ ਮੰਨ ਲਿਆ ਤੇ ਖੁਦਾ ਦਾ ਨਾਜਾਇਜ਼ਾ ਕੜਾਕਾ ਕੱਢ ਦਿਓ ਤੇ ਇਸ ਵਾਸਤੇ ਟਾਈਮ ਲੱਗੇਗਾ ਤੇ ਮੈਨੂੰ ਨਹੀਂ ਲੱਗਦਾ ਕਿ ਇਥੋਂ ਇਸ ਕੇਸ ਵਿੱਚ ਇਹਨੂੰ ਸਜ਼ਾ ਹੋਵੇ ਕਿਉਂਕਿ ਥੱਲੇ ਤਾਰਾਂ ਬੜੀਆਂ ਸਖਤ ਮਿਲੀਆਂ ਨੇ ਬਾਰ-ਬਾਰ ਪੜਦੇ ਨੇ ਪ੍ਰਾਪਰਟੀਆਂ ਇਹ ਉਹ ਬੜੇ ਮਸਲੇ ਮਿਸਾਲ ਉਹਨੇ ਫਾਇਦੇ ਚੁੱਕੇ ਨੇ 4-4 ਸਾਲਾਂ ਵਿੱਚ ਬੜੇ-ਬੜੇ ਲੋਕਾਂ ਨੇ ਕੀ ਕਹਿਣਾ ਤੇ ਕੀ ਨਾ ਕਹਿਣਾ ਇਸ ਵਾਸਤੇ ਨਿਆਜ਼ੀ ਨੂੰ ਅਸੀਂ ਅੱਜ ਫਿਰ ਬੇਨਕਾਬ ਕਰ ਦਿੱਤਾ ਇੱਕ ਟਕਾ ਵੀ ਨਹੀਂ ਇਕੱਠਾ ਹੋਇਆ 45000 ਰੁਪਏ ਸਿਰਫ ਅੱਜ ਦੇ ਦਿਨ ਤੱਕ ਆਇਆ ਤੀਸਰਾ ਦਿਨ ਤੇ ਨਿਆਜ਼ੀ ਦੀ ਮਾਫੀ ਜਿਹੜੀ ਹੈ ਉਹ ਲਟਕ ਗਈ ਜੀ ਬਹੁਤ ਸ਼ੁਕਰੀਆ